ਰੌਲੇ ਇਸ ਗੱਲ ਦੇ ਵੀ ਹੁਣ ਪੈਣ ਲੱਗ ਗਏ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਵਾਸੀ ਜਿਹੜੇ ਮਜ਼ਦੂਰ ਹੈ ਉਹ ਵੀ ਸਰਪੰਚੀ ਦੀਆਂ ਚੋਣਾਂ ਲੜਨ ਲੱਗ ਗਏ। ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਹੈ ਉਹ ਪੰਚੀ ਦੇ ਲਈ ਲਗਾਤਾਰ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ। 6500 ਵੋਟ ਜਿਹੜੀ ਹੈਗੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਹੈ ਅਤੇ ਇਸ ਪਿੰਡ ਦੇ ਜਿਹੜੇ ਵਸਨੀਕ ਹੈਗੇ ਨੇ, ਮੁੱਢਲੇ ਵਸਨੀਕ ਨੇ, ਉਹਨਾਂ ਦੀ ਵੋਟ ਇੱਥੇ ਕਰੀਬ ਕਰੀਬ 800-900 ਹੈ। ਕੀ ਉੱਥੇ ਪ੍ਰਵਾਸੀ ਮਜ਼ਦੂਰ ਆਪਣੀ ਨੋਮੀਨੇਸ਼ਨ ਫਾਈਲ ਕਰ ਚੁੱਕੇ ਹੈ? ਜਗਤਪੁਰਾ ਕੌਂਸਟੀਚੁਐਂਸੀ ਕੀ ਗ੍ਰਾਮ ਸਭਾ ਪੰਚਾਇਤ ਦੀ ਨੋਮੀਨੇਸ਼ਨ ਫਾਈਲ ਕਰ ਚੁੱਕੇ ਹੈ ਪ੍ਰਵਾਸੀ ਮਜ਼ਦੂਰ, ਤੇ ਹੁਣ ਸਾਨੂੰ ਤੁਸੀਂ ਦੇਖੋ ਇਹ ਸਾਡੇ ਕਾਗਜ਼ ਪਏ ਆ ਲਾਸਟ ਦਿਨ ਨੋਮੀਨੇਸ਼ਨ ਦਾ, ਅਸੀਂ ਹੁਣੇ NOC ਜਾਰੀ, ਸਾਨੂੰ ਅੱਜ NOC ਜਾਰੀ ਹੋਈ, ਅਸੀਂ ਪਰਸੋਂ ਦੀ ਅਪਲਾਈ NOC ਜਾਰੀ ਕੀਤੀ ਹੋਈ ਹੈ। ਹੁਣ ਇਹ ਇਸ ਆਧਾਰ ਤੇ ਉਹ ਵੋਟਰ ਕਾਰਡ ਤੋਂ ਆਧਾਰ ਕਾਰਡ ਬਣਾਉਣਗੇ, ਆਧਾਰ ਕਾਰਡ ਤੋਂ ਕੱਲ ਨੂੰ ਉਹ ਕੋਈ ਜਾਲੀ ਕਾਗਜ਼ ਵੀ ਬਣਾ ਕੇ ਉਹ ਮੇਰੇ ਮਕਾਨ ਤੇ ਦਾਵਾ ਠੋਕਣ ਦੇ ਹੱਕਦਾਰ ਹੋ ਗਏ ਕਾਨੂੰਨੀ ਰੂਪ ਚ। ਇਹਦਾ ਸਿੱਧਾ ਇਸ਼ਾਰਾ ਤਾਂ ਫਿਰ ਸਰਕਾਰ ਵੱਲ ਹੀ ਜਾਂਦਾ ਹੈ, ਇਹਨੂੰ ਆਪਾਂ ਦੋ ਰਾਏ ਦਾ ਕੋਈ ਹੈ ਹੀ ਨਹੀਂ। ਇਸ ਦਾ ਮਤਲਬ ਇਸ 'ਚ ਆਮ ਆਦਮੀ ਪਾਰਟੀ ਕੁਲਵੰਤ ਸਿੰਘ ਦਾ ਹੀ ਕੋਈ ਹਿੱਸਾ ਹੈ, ਕੋਈ ਗੱਲ ਹੈ, ਤਾਂ ਹੀ ਤਾਂ ਇਹ ਧੱਕੇਸ਼ਾਹੀ ਹੋ ਕੇ ਸਾਡੇ ਪਿੰਡ 'ਚ ਬਣੀ ਜਾ ਰਹੀ ਨੇ, ਵੋਟਾਂ ਵੰਡ ਰਹੀਆਂ ਨੇ, NOC ਜਾਰੀ ਹੋ ਰਹੀਆਂ ਅਤੇ ਪੰਚ ਲੜਨ ਦੀ ਚੋਣ ਲੜ ਰਹੇ ਆ, ਪੰਚੀ ਸਰਪੰਚੀ ਲੜ ਰਹੇ ਆ। ਵੋਟ ਪਾ ਲੈਣ ਧੱਕੇ ਨਾਲ ਪਾ ਲੈਣੇ, ਅਸੀਂ ਪੈਣ ਨਹੀਂ ਦਿੰਦੇ, ਵੋਟ ਨਹੀਂ ਅਸੀਂ ਪੈਣ ਦੇਣੀ, ਜੇ ਅਸੀਂ ਵੋਟ ਪੈਣ ਦਿੱਤੀ ਅਸੀਂ ਤਾਂ ਜਿਉਂਦੀਆਂ ਲਾਸ਼ਾਂ ਨੇ, ਵਿਰੋਧ ਕਰਾਂਗੇ ਪੂਰਾ, ਸਾਨੂੰ ਇਹ ਚੱਕ ਕੇ ਜੇਲ੍ਹ 'ਚ ਪਾ ਦੇਣ, ਮੁੜ ਕੇ ਆਪਦੀਆਂ ਵੋਟਾਂ ਕਰਾ ਲੈਣ, ਜਿਵੇਂ ਸਾਡੇ ਨਾਲ ਸ਼ਰੇਆਮ ਧੱਕਾ ਕਰ ਰਹੇ ਆ ਕਰ ਲੈਣ, ਅਸੀਂ ਕੋਈ ਵੀ ਪਿੰਡ ਦਾ ਬੰਦਾ ਇਹਨਾਂ ਦੀ ਕੋਈ ਸਪੋਰਟ ਨਹੀਂ ਕਰਾਂਗੇ। ਜਿੰਨਾ ਇਹ ਧੱਕਾ ਕਰ ਰਹੀ ਹੈ ਸਰਕਾਰ ਨੇ ਰਾਹ ਪਿੰਡ ਤੋਂ ਬਾਹਰ ਨੂੰ ਕੀ ਕਰਨਾ ਸੀ, ਪਿੰਡ ਦੇ ਅੰਦਰ ਨੂੰ ਵਾੜਤਾ, ਸਾਡੇ ਪਿੰਡ ਦੇ ਅੰਦਰ ਨੂੰ ਰਾਹ ਕਿਆ ਵਾੜਤਾ, ਸਾਡੇ ਘਰਾਂ ਤੇ ਕਬਜ਼ੇ ਕਰਾਉਣ ਤੱਕ ਇਹ ਆ ਗਈ ਸਰਕਾਰ। ਬਦਲਾ ਕਰਦੇ ਹੀ ਐਸਾ ਬਦਲਾ ਲਿਆਂਦਾ ਕਿ ਜਿਹੜੇ ਪਿੰਡ ਵਾਲੇ ਬੰਦੇ ਸੀ ਉਹਨਾਂ ਦੀ ਨੁਮਾਇੰਦਗੀ ਬਦਲਤੀ, ਉਹਨਾਂ ਦੇ ਜਿਹੜੇ ਦਾਅਵੇ ਸੀਗੇ ਧਰਤੀ ਤੋਂ ਉਹ ਬਦਲਤੇ, ਬਾਹਰਲੇ ਬੰਦਿਆਂ ਨੂੰ ਆ ਕੇ ਇੱਥੇ ਦਾਅਵੇ ਕਾਗਜ਼ ਕਰਾਉਣ ਡਏ ਆ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰੌਲਾ ਲਗਾਤਾਰ ਪਿੰਡਾਂ ਦੇ ਵਿੱਚ ਪੈ ਰਿਹਾ। ਵਿਵਾਦ ਚੁੱਲ੍ਹਾ ਟੈਕਸ ਨੂੰ ਲੈ ਕੇ ਵੀ ਹੈ, ਵਿਵਾਦ NOC ਨੂੰ ਲੈ ਕੇ ਵੀ ਹੈ। ਅੱਜ ਆਖਰੀ ਦਿਨ ਹੈਗਾ ਨੋਮੀਨੇਸ਼ਨ ਦਾ ਤੇ ਆਖਰੀ ਦਿਨ ਵੀ ਰੌਲੇ ਖਤਮ ਨਹੀਂ ਹੋਏ। ਰੌਲੇ ਇਸ ਗੱਲ ਦੇ ਵੀ ਹੁਣ ਪੈਣ ਲੱਗ ਗਏ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਵਾਸੀ ਜਿਹੜੇ ਮਜ਼ਦੂਰ ਹੈ ਉਹ ਵੀ ਸਰਪੰਚੀ ਦੀਆਂ ਚੋਣਾਂ ਲੜਨ ਲੱਗ ਗਏ। ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਹੈ ਉਹ ਪੰਚੀ ਦੇ ਲਈ ਲਗਾਤਾਰ ਦਾਅਵੇਦਾਰੀਆਂ ਪੇਸ਼ ਕਰ ਰਹੇ ਆ। ਤਾਂ ਇਸ ਪਿੰਡ ਦੇ ਵਿੱਚ ਜਗਤਪੁਰਾ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿ 6500 ਵੋਟ ਜਿਹੜੀ ਹੈਗੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਹੈ ਅਤੇ ਇਸ ਪਿੰਡ ਦੇ ਜਿਹੜੇ ਵਸਨੀਕ ਹੈਗੇ ਨੇ, ਮੁੱਢਲੇ ਵਸਨੀਕ ਨੇ, ਉਹਨਾਂ ਦੀ ਵੋਟ ਇੱਥੇ ਕਰੀਬ ਕਰੀਬ 800-900 ਹੈ, ਯਾਨੀ ਕਿ 6-7 ਗੁਣਾ ਜ਼ਿਆਦਾ ਵੋਟ ਪ੍ਰਵਾਸੀ ਮਜ਼ਦੂਰਾਂ ਦੀ ਹੈ। ਤਾਂ ਦਾਅਵੇਦਾਰੀ ਵੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਤਾਂ ਹੁਣ ਇਸ ਪਿੰਡ ਦੇ ਵਿੱਚ ਰੌਲਾ ਕਿਸ ਤਰੀਕੇ ਨਾਲ ਚੱਲ ਰਿਹਾ ਇਸੇ ਬਾਰੇ ਗੱਲਬਾਤ ਕਰਾਂਗੇ। ਪਿੰਡ ਦੇ ਮੋਹਤਵਾਰ ਬੰਦੇ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਦਲਵੀਰ ਸਿੰਘ ਹੈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਪਿੰਡ ਦੇ ਵਿੱਚ ਤੁਹਾਡੇ ਤਾਂ ਪ੍ਰਵਾਸੀ ਵੋਟ ਹੀ ਬਹੁਤ ਹੋ ਗਈ, ਦਾਅਵੇਦਾਰੀਆਂ ਵੀ ਹੋ ਗਈਆਂ, ਸਰਪੰਚੀ ਵੀ ਲੜੀ ਜਾ ਰਹੀ ਹੈ, ਪੰਚੀ ਵੀ ਲੜੀ ਜਾ ਰਹੀ ਆ, ਤੁਸੀਂ ਕਿੱਥੇ ਖੜੇ ਦੇਖਦੇ ਹੋ ਆਪਦੇ ਆਪ ਨੂੰ ਪਿੰਡ ਦੇ ਵਿੱਚ? ਦੇਖੋ ਜੀ, ਅਸੀਂ ਤਾਂ ਪਿੰਡ ਵਾਲੇ ਨੇ ਸੰਮਤੀ ਨਾਲ ਆਪਣਾ SC ਸੀਟ ਰਿਜ਼ਰਵ ਹੋਈ ਹੈ ਸਾਡੇ, ਇਸ ਵਾਰੀ SC ਭਾਈਚਾਰੇ ਦੀ ਸੀਟ ਰਿਜ਼ਰਵ ਹੈ। ਅਸੀਂ ਤਾਂ ਆਪਣੀ ਸਰਬਸੰਮਤੀ ਕਰ ਲਈ ਸੀ ਪੰਚਾਂ ਤੇ ਵੀ ਤੇ ਸਰਪੰਚ ਤੇ ਵੀ। SC ਭਾਈਚਾਰੇ ਦਾ ਅਸੀਂ ਇੱਕ ਨੌਜਵਾਨ ਮੁੰਡਾ, ਗੁਰਸਿੱਖ ਮੁੰਡਾ 25 ਸਾਲਾਂ, ਅਸੀਂ ਉਹਨੂੰ ਸਰਪੰਚ ਦਾ ਦਾਅਵੇਦਾਰ ਚੁਣ ਲਿਆ ਸੀ। ਚੁਣ ਕਿਸ ਮੁਤਾਬਕ ਲਿਆ ਸੀ? ਇਹ ਵਾਰਡ ਬੰਦੀ ਜੋ ਡਿਪਟੀ ਕਮਿਸ਼ਨਰ ਜ਼ਿਲ੍ਹਾ SAS ਨਗਰ ਮੋਹਾਲੀ ਨੇ 23/9/24 ਨੂੰ ਜਾਰੀ ਕੀਤੀ। ਵਿਵਾਦ ਤਾਂ ਇਹ ਸਾਡਾ ਤਕਰੀਬਨ 2-3 ਮਹੀਨੇ ਤੋਂ ਚੱਲ ਰਿਹਾ ਕਲੋਨੀ ਦਾ। ਅਸੀਂ ਇਹ 'ਚ ਰਿੱਟ ਵੀ ਪਾਈ ਹੋਈ ਹੈ ਹਾਈ ਕੋਰਟ 'ਚ, ਸਾਡੀ ਰਿੱਟ ਵੀ ਪਾਈ ਹੋਈ ਹੈ।
ਪਰ ਰਿਟ ਦੇ ਬਾਵਜੂਦ ਜਦੋਂ ਡੀਸੀ ਸਾਹਿਬ ਇਹ ਵਾਰਡ ਬੰਦੀ ਲਿਸਟ ਜਾਰੀ ਕਰਦੇ ਆ ਤੇ ਸਾਨੂੰ ਇਹ ਹੌਸਲਾ ਹੋ ਗਿਆ ਕਿ ਇਹਨਾਂ ਚ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨਹੀਂ ਜੋੜੀ ਗਈਆਂ, ਸਾਡੇ ਕੋਲ ਇੱਕ ਡੀਸੀ ਦਾ ਸਬੂਤ ਹੈ। ਇਸ ਆਧਾਰ ਤੇ ਅਸੀਂ ਸਰਬਸੰਮਤੀ ਕਰ ਲਈ, ਲੇਕਿਨ ਅੱਜ ਦੀ ਡੇਟ ਜਦ ਸਾਨੂੰ ਪਤਾ ਲੱਗਿਆ ਕਿ ਉੱਥੇ ਪ੍ਰਵਾਸੀ ਮਜ਼ਦੂਰ ਆਪਣੀ ਨੋਮੀਨੇਸ਼ਨ ਫਾਈਲ ਕਰ ਚੁੱਕੇ ਆ, ਜਗਤਪੁਰਾ ਕੌਂਸਟੀਚੁਐਂਸੀ ਕੀ ਗ੍ਰਾਮ ਸਭਾ ਪੰਚਾਇਤ ਦੀ ਨੋਮੀਨੇਸ਼ਨ ਫਾਈਲ ਕਰ ਚੁੱਕੇ ਆ ਪ੍ਰਵਾਸੀ ਮਜ਼ਦੂਰ, ਤੇ ਹੁਣ ਸਾਨੂੰ ਤੁਸੀਂ ਦੇਖੋ ਇਹ ਸਾਡੇ ਕਾਗਜ਼ ਪਏ ਆ ਲਾਸਟ ਦਿਨ ਨੋਮੀਨੇਸ਼ਨ ਦਾ, ਅਸੀਂ ਹੁਣੇ ਐਨਓਸੀ ਜਾਰੀ, ਸਾਨੂੰ ਅੱਜ ਐਨਓਸੀ ਜਾਰੀ ਹੋਈ, ਅਸੀਂ ਪਰਸੋਂ ਦੀ ਅਪਲਾਈ ਐਨਓਸੀ ਜਾਰੀ ਕੀਤੀ ਹੋਈ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਪਰਸੋਂ ਉਸੀ ਸੇਮ ਡੇ ਹੀ ਐਨਓਸੀ ਜਾਰੀ ਕਰ ਦਿੱਤੀ ਗਈ, ਸਾਨੂੰ ਨਾ ਚੁੱਲ੍ਹਾ ਟੈਕਸ ਸੇਮ ਡੇ ਦਿੱਤਾ ਗਿਆ ਨਾ ਸਾਨੂੰ ਐਨਓਸੀ ਸੇਮ ਡੇ ਦਿੱਤੀ ਗਈ ਹੈ। ਅਸੀਂ ਸਾਡੇ ਮੁੰਡੇ ਹੁਣ ਜਾ ਕੇ ਬੜੇ ਦਬਾਅ ਨਾਲ ਤਰੀਕੇ ਨਾਲ ਵੀ ਸਾਡਾ ਲਾਸਟ ਡੇ ਹੈ ਨੋਮੀਨੇਸ਼ਨ ਦਾ, ਸਾਡਾ ਇੱਕ ਵੀ ਫਾਰਮ ਨਹੀਂ ਫਿਲ ਹੋਇਆ, ਲਾਸਟ ਡੇ ਜਾ ਕੇ ਸਾਨੂੰ ਹੁਣ ਐਨਓਸੀ ਜਾਰੀ, ਅੱਜ ਸਵੇਰੇ ਐਨਓਸੀ ਜਾਰੀ ਕੀਤੀ ਗਈ ਹੈ। ਤੁਸੀਂ ਇਹ ਦੇਖ ਸਕਦੇ ਹੋ ਸਰਕਾਰ ਕਿਸ ਹੱਦ ਤੱਕ ਗਿਰ ਚੁੱਕੀ ਹੈ ਸਾਡੀ ਹੋਂਦ ਨੂੰ ਖਤਮ ਕਰਨ ਦਾ। ਅੱਛਾ, ਤੁਹਾਨੂੰ ਲੱਗਦਾ ਕਿ ਸਰਕਾਰ ਹੀ ਹੈ ਜਿਹੜੀ ਸਪੋਰਟ ਕਰ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ? ਸਰਕਾਰ ਦੇ ਵਿੱਚ ਕੌਣ ਆ ਫਿਰ ਇੱਥੋਂ ਮੋਹਾਲੀ ਤੇ? ਇਹਦੇ ਵਿੱਚ MLA ਤੁਹਾਡੇ ਕੁਲਵੰਤ ਸਿੰਘ ਨੇ, ਉਹਨਾਂ ਨੇ ਪੈਰਵੀ ਨਹੀਂ ਕੀਤੀ ਤੁਹਾਡੀ? ਦੇਖੋ ਜੀ, ਕੁਲਵੰਤ ਸਿੰਘ ਪੰਜਾਬੀਅਤ ਦੀ ਕਹਿੰਦੇ ਵੀ ਲੜਾਈ ਲੜਦੇ, ਕੁਲਵੰਤ ਸਿੰਘ ਨੇ ਜੀ MLA ਨੇ ਸਾਡੇ ਮਾਨਯੋਗ ਨੇ, ਪਰ ਉਹਨਾਂ ਨੇ ਕੀ ਕੀਤਾ, ਜਨਵਰੀ ਚ ਇੱਕ ਉਹਨਾਂ ਨੂੰ ਵਾਅਦਾ ਕੀਤਾ ਸੀ। ਅਸੀਂ ਇਹ ਸੋਚਦੇ ਹਾਂ ਵੀ ਦੇਖੋ ਡਾਕੂਮੈਂਟ ਕੋਈ ਹੈ ਨਹੀਂ, ਵਾਅਦੇ ਤਾਂ ਲੀਡਰ ਕਰਦੇ ਹੀ ਰਹਿੰਦੇ ਆ, ਉਸ ਟਾਈਮ ਅਸੀਂ ਸੀਰੀਅਸ ਨਹੀਂ ਲਿਆ, ਪਰ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਕੋਲ ਇੱਕ ਡਾਕੂਮੈਂਟ ਪੇਸ਼ ਹੋਇਆ DC ਦਾ ਵੀ ਇਹ ਤਾਂ ਕਲੋਨੀ ਜੋੜ ਦਿੱਤੀ ਗਈ ਹੈ, ਉਸ ਤੋਂ ਬਾਅਦ DC, ਦੇਖੋ DC ਜਾਰੀ ਕਰਦਾ ਕਲੋਨੀ ਜੋੜਨ ਦਾ, DC ਇਹ ਵਾਰਡਬੰਦੀ ਜਾਰੀ ਕਰਦਾ, ਇੱਕ ਅਫਸਰ ਦੋ ਅਲੱਗ ਅਲੱਗ ਧਾਰਾਵਾਂ ਕਿੱਦਾਂ ਜਾਰੀ ਪੇਪਰ ਜਾਰੀ ਕਰ ਸਕਦਾ? ਵੋਟਰ ਲਿਸਟ ਮੈਚ ਨਹੀਂ ਕਰਦੀ, ਵੋਟਰ ਲਿਸਟ ਤਾਂ ਮੈਚ ਹੀ ਨਹੀਂ ਕਰਦੀ ਸਾਡੇ ਜੀ। ਇਸ ਲਿਸਟ ਮੁਤਾਬਕ 185 ਘਰ ਨੇ 7 ਵਾਰਡਾਂ ਚ, ਅਗਰ ਅਸੀਂ ਅੱਜ ਦੀ ਡੇਟ ਚ ਵੋਟਰ ਲਿਸਟ ਚੱਕਦੇ ਹਾਂ, ਸਾਨੂੰ ਸਾਰੇ 185 ਘਰਾਂ ਨੂੰ ਇੱਕ ਵਾਰਡ ਚ ਠੋਕਤਾ ਤੇ 6 ਵਾਰਡ ਸਾਡੇ ਕਲੋਨੀ ਨੂੰ ਦਿੱਤੇ, ਲੇਕਿਨ ਉਹ ਵੋਟਰ ਲਿਸਟ ਦੇ ਆਧਾਰ ਤੇ, ਇਸ ਵਾਰਡਬੰਦੀ ਦੇ ਆਧਾਰ ਤੇ ਨਹੀਂ। ਤੁਸੀਂ ਜਿਹੜੀ ਇਹ ਕਲੋਨੀ ਹੈ ਕੋਈ ਪੱਕੀ ਕਲੋਨੀ ਨਹੀਂ ਹੈ, ਇਹ ਅਰਜੀ ਤੌਰ ਤੇ ਸਿਰਫ ਬਿਠਾਲੀ ਗਈ ਹੈ ਕੁਛ ਟਾਈਮ ਵਾਸਤੇ, ਤੇ ਜ਼ਿਆਦਾ ਇਹਨਾਂ ਦਾ ਬੈਠਣ ਦਾ ਮਤਲਬ ਲੈ ਵੀ ਕਦੀ ਵੀ ਚੱਕ ਸਕਦੇ ਇਹਨਾਂ ਨੂੰ, ਅਰਜੀ ਤੌਰ ਤੇ ਸੀ ਉਹਦਾ ਕਦਮ ਤੌਰ ਤੇ ਹੈ। ਗਮਾਡਾ ਨੇ ਅਕਵਾਇਰ ਕੀਤੀ ਸੀਗੀ 22 ਏਕੜ ਜਗ੍ਹਾ ਸੀਗੀ, ਅਕਵਾਇਰ ਕੀਤੀ ਸੀ ਕਮਾਂਡੋ ਕੰਪਲੈਕਸ ਬਣਾਉਣ ਵਾਸਤੇ, ਅਰਬਨ ਸਟੇਟ ਦੇ ਨਾਮ ਤੇ ਸਾਡੇ ਬੰਦਿਆਂ ਤੋਂ ਅਕਵਾਇਰ ਕੀਤੀ। ਇੱਥੇ ਜਿਹੜੀ ਇਹ ਗੁਰੂ ਨਾਨਕ ਕਲੋਨੀ ਆ ਇਹਨੂੰ ਜੋੜਿਆ, ਇਹ ਕਮਾਂਡੋ ਕੰਪਲੈਕਸ ਬਣਾਉਣਾ ਸੀਗਾ, ਇੱਥੇ ਹੋਰ ਡਿਵੈਲਪਮੈਂਟ ਕਰਨੀ ਸੀ, ਪਰ 1% ਡਿਵੈਲਪਮੈਂਟ ਨਹੀਂ ਹੋਈ। ਉਹ ਗਮਾਡਾ ਦੀ ਜਗ੍ਹਾ ਕਾਨੂੰਨੀ ਤੌਰ ਤੇ ਉਹਨਾਂ ਨੇ 3 ਸਾਲਾਂ ਬਾਅਦ ਵਾਪਸ ਕਰ ਦੇਣੀ ਚਾਹੀਦੀ ਹੈ ਜੇ ਉਹ ਨਹੀਂ ਕੁਛ ਕਰਦੇ। ਉਹਨਾਂ ਨੇ ਆਪਦੀ ਰਾਜਨੀਤੀ ਖੇਡੀ, ਉੱਥੇ ਜੇ ਪ੍ਰਵਾਸੀ ਬੰਦੇ ਜਿਹੜੇ ਸੈਕਟਰਾਂ ਚ ਬੈਠੇ ਸੀਗੇ ਮੋਹਾਲੀ MC ਦੇ ਵਿੱਚ, ਉੱਥੋਂ ਉਹਨਾਂ ਨੂੰ ਚੱਕ ਕੇ ਇੱਕ ਜਗ੍ਹਾ ਇਕੱਠਾ ਕਰਤਾ ਤੇ ਆਪਦੇ ਸ਼ਹਿਰ ਦੀ ਗੰਦਗੀ ਨੂੰ ਸਾਫ਼ ਕਰਤਾ। ਉਹ ਸਾਰਾ ਜਿਹੜਾ ਸਾਡੇ ਸਿਰ ਮੜਤਾ ਉਹਨਾਂ ਨੇ, ਸਾਨੂੰ ਉਦੋਂ ਕਿਹਾ ਗਿਆ ਵੀ ਤੁਹਾਨੂੰ 6 ਮਹੀਨੇ ਦੇ ਵਿੱਚ ਇਹਨਾਂ ਨੂੰ ਥਾ ਦਾਂਗੇ, ਇਹਨਾਂ ਨੂੰ 4 ਦੀਵਾਰੀ ਕਰਾਂਗੇ, ਪੁਲ ਕੱਢ ਕੇ ਦੇਵਾਂਗੇ, ਰਸਤਾ ਏਡਾ ਤੁਹਾਡੇ ਨਾਲ ਕੋਈ ਲੈਣ ਦੇਣ ਹੋਏਗਾ ਨਹੀਂ। ਪਰ ਉਹ ਨਤੀਜਾ ਸਾਡਾ ਇਹ ਆ ਵੀ ਲੜਾਈ ਜਿਹੜੀ ਘੱਟ ਲੜੀ ਗਈ ਜਾਂ ਕੁਛ ਵੀ, ਇਹ ਬੈਠ ਕੇ ਜਿੱਦਾਂ ਕਿੱਦਾਂ ਉਹਦਾ ਨਤੀਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ। ਜੇ ਪੰਜਾਬੀ ਉਹ ਤੁਸੀਂ ਸਾਵਧਾਨ ਨਾ ਹੋਏ, ਇੱਕ ਇੱਕ ਘਰ ਦੇ ਵਿੱਚ ਇਹ ਕਿਰਾਏ ਤੇ ਰਹਿਣਾ ਸ਼ੁਰੂ ਕਰਨਗੇ ਤੇ ਹੌਲੀ ਹੌਲੀ ਉਹ ਕਿਰਾਏ ਦੇ ਘਰ ਤੋਂ ਉਹ ਕਬਜ਼ਾ ਕਰਕੇ ਉਸ ਘਰ ਦਾ ਮਾਲਕ ਬਣਨਗੇ, ਫਿਰ ਤੁਹਾਡੇ ਪਿੰਡ ਦਾ ਮਾਲਕ ਬਣਨਗੇ ਤੇ ਫਿਰ ਤੁਹਾਡੇ ਪਿੰਡ ਦਾ ਮਾਲਕ ਬਣ ਕੇ ਤੁਹਾਨੂੰ ਪਿੰਡ ਚੋਂ ਕੱਢਣਗੇ। ਮਾਲਕ ਤਾਂ ਆਪੇ ਬਣ ਜਾਣਾ, ਜੇ ਸਰਪੰਚੀ ਉਹਨਾਂ ਨੇ ਜਿੱਤ ਲਈ ਤਾਂ ਫਿਰ ਮਾਲਕ ਤਾਂ ਬਣ ਗਿਆ ਸਰਪੰਚੀ। ਆਹ ਲਿਸਟ ਜੀ ਮੇਰੇ ਹੱਥ ਚ ਆ, ਵੋਟਰਾਂ ਦੀ ਲਿਸਟ ਹੈ, ਸਾਰੇ ਪਿੰਡ ਦੇ ਵਿੱਚ ਅੱਜ ਕੱਲ੍ਹ ਕੋਈ ਸਾਰੇ ਦੇਖ ਰਹੇ ਹੋਣਗੇ, ਆਪਦਾ ਨਾਮ ਲੱਭਦੇ ਹੋਣਗੇ। ਇਹ ਮੇਰਾ ਜੀ ਅੱਗੇ ਵਾਰਡ ਨੰਬਰ ਹੁੰਦਾ ਸੀ, ਪਿਛਲੀਆਂ ਜਿਹੜੀਆਂ ਪੰਚਾਇਤਾਂ ਦੇ ਇਲੈਕਸ਼ਨ ਹੋਏ ਆ ਸਹੀ ਸੀਗੇ, 7 ਨੰਬਰ ਵਾਰਡ ਸੀਗਾ ਮੇਰਾ, 7 ਨੰਬਰ ਵਾਰਡ ਦੇ ਵਿੱਚੋਂ ਚੱਕ ਕੇ 1 ਨੰਬਰ ਵਾਰਡ ਦੇ ਵਿੱਚ ਕਰਤਾ, ਸਾਰੇ ਪਿੰਡ ਦਾ ਮੂਲ ਨਿਵਾਸੀਆਂ ਦੇ 1 ਨੰਬਰ ਵਾਰਡ ਕਰਤਾ। ਠੀਕ ਆ, ਹੁਣ 6 ਵਾਰਡ, 6 ਆਵੇ, ਆਹ ਵੇਖੋ ਕਿੱਡੀ ਵੱਡੀ ਲਿਸਟ ਆ। ਅੱਛਾ, ਇਹਦੇ ਲਿਸਟ ਚ ਮੈਂ ਦੇਖ ਵੀ ਲਵਾਂਗਾ। ਹਲੋ ਜੀ, ਆਹ ਦੇਖੋ, ਆਹ 7 ਨੰਬਰ ਵਾਰਡ ਲਿਸਟ ਹੈ ਨਾ, ਹਾਊਸ ਨੰਬਰ DC ਸਾਹਿਬ ਦੇ ਹੁਕਮਾਂ ਅਨੁਸਾਰ 185 ਦੱਸਿਆ ਵੀਰ ਮੇਰੇ ਨੇ ਹੁਣੇ,
ਇੱਥੇ ਜੇ ਹਾਊਸ ਨੰਬਰ ਇਹ ਲਿਸਟਾਂ ਨਹੀਂ ਇੱਕ ਦੂਜੇ ਨਾਲ ਮੈਚ ਕਰਦੀਆਂ, ਇਹਨਾਂ ਨੇ ਜਲਦਬਾਜ਼ੀ ਦੇ ਵਿੱਚ ਇਹੋ ਜਿਹਾ ਕੰਮ ਕਰਤਾ ਵੀ ਹਾਊਸ ਨੰਬਰ ਦੇਖੋ ਆ ਕਿੰਨਾ, ਹਾਊਸ ਨੰਬਰ 1717 ਠੀਕ ਆ, ਇਹ ਹੋਰ 1800 ਸਮਥਿੰਗ ਤੱਕ ਜਾਂਦਾ, 1800 ਤੱਕ ਚਲੇ ਗਿਆ। ਥੋੜੇ ਨਾਮ ਪੜਾ ਦਈਏ, ਮੈਂ ਨਾਮ ਨਹੀਂ ਪੜਾਦਾ। ਹਾਂ ਮੇਰਾ ਲੋ ਪਹਿਲਾਂ, ਹੈਲੋ ਜੀ, ਆਹ ਲਿਸਟ ਵਿਖਾਓ, ਇੱਧਰ ਆਓ ਜੀ। ਇਹ ਦੇਖੋ ਜੀ, ਇਹ ਮੇਰੀ ਵੋਟ ਹੈ ਜੀ, ਦਲਬੀਰ ਸਿੰਘ ਕਰਮ ਸਿੰਘ, ਇਹ ਮੇਰਾ ਘਰ ਹੈ, ਹਾਊਸ ਨੰਬਰ 54 ਠੀਕ ਹੈ ਜੀ। ਇਹ ਦੇਖੋ ਹਾਊਸ ਨੰਬਰ 54 ਤੇ ਕੋਈ ਰਾਮ ਕਰਨ ਬੈਠਿਆ, ਕੋਈ ਕਲਿੰਦੀ ਬੈਠੀ, ਰਾਮ ਨਰੇਸ਼, ਰਾਕੇਸ਼, ਰਾਮ ਬਾਲਕ, ਮਾਇਆ ਦੇਵੀ, ਇਹ ਲੋਕ ਅੱਜ ਦੀ ਡੇਟ ਦੇ ਸਰਕਾਰ ਦੇ ਕਾਗਜ਼ਾਂ ਚ ਮੇਰੇ ਘਰ ਬੈਠੇ ਨੇ। ਮੇਰੇ ਖਿਆਲ ਤੁਹਾਡੀ ਵੋਟਰ ਸੂਚੀ ਦੇ ਵਿੱਚ ਨਾ ਕੋਈ ਸਿੰਘ ਨਾਮ ਦਾ ਤਾਂ ਬੰਦਾ ਲੱਭਣਾ ਬਹੁਤ ਔਖਾ ਜਿਹਾ ਲੱਗ ਰਿਹਾ। ਮੈਂ ਪੜ੍ਹ ਦਿੰਦਾ, ਰਾਮ ਕਰਨ, ਕਲਿੰਦੀ, ਰਾਮ ਨਰੇਸ਼, ਮਾਇਆ ਦੇਵੀ, ਰਾਮ ਬਾਲਕ, ਰਾਕੇਸ਼, ਮੋਨਿਕਾ, ਸਤੀਸ਼, ਇਸ ਤੋਂ ਇਲਾਵਾ ਗਾਂ ਦੇਖ ਲਓ ਸੋਨੂ, ਵਿਪਨ ਕੁਮਾਰ, ਮੀਨਾਕਸ਼ੀ, ਸੁਮਨ, ਅਜੇ ਕੁਮਾਰ, ਇਹ ਨਾਮ ਹੈ, ਜੇਲੀ, ਇਹ ਨਾਮ ਹੈਗੇ। ਇਹ 22 ਵੋਟਾਂ ਮੇਰੇ ਘਰ ਦੇ ਐਡਰੈਸ ਤੇ ਬਣੀਆਂ। ਜਿਹੜਾ ਮੇਰਾ ਘਰ ਹੈ ਉਹ ਲਾਲ ਲਕੀਰ ਦੇ ਅੰਦਰ ਹੈ, ਉਹ ਆਪਣੀ ਤੁਸੀਂ ਦੇਖ ਲਓ, ਲਾਲ ਲਕੀਰ ਦੇ ਅੰਦਰ ਮਕਾਨਾਂ ਦੇ ਕੋਈ ਕਾਗਜ਼ ਨਹੀਂ ਹੁੰਦੇ, ਉਹਦੀ ਰਜਿਸਟਰੀ ਨਹੀਂ ਹੁੰਦੀ। ਜੱਦੀ ਪੁਸ਼ਤੈਨੀ ਮਕਾਨ ਹੈ, ਮੇਰੇ ਕੋਲ ਕੋਈ ਕਾਗਜ਼ ਨਹੀਂ ਹੈ, ਮੇਰਾ ਤਾਂ ਸਿਰਫ ਕਬਜ਼ਾ ਹੈ। ਹੁਣ ਇਹ ਇਸ ਆਧਾਰ ਤੇ ਉਹ ਵੋਟਰ ਕਾਰਡ ਤੋਂ ਆਧਾਰ ਕਾਰਡ ਬਣਾਉਣਗੇ, ਆਧਾਰ ਕਾਰਡ ਤੋਂ ਕੱਲ ਨੂੰ ਉਹ ਕੋਈ ਜਾਲੀ ਕਾਗਜ਼ ਵੀ ਬਣਾ ਕੇ ਉਹ ਮੇਰੇ ਮਕਾਨ ਤੇ ਦਾਵਾ ਠੋਕਣ ਦੇ ਹੱਕਦਾਰ ਹੋ ਗਏ ਕਾਨੂੰਨੀ ਰੂਪ ਚ। ਪਰ ਮੈਨੂੰ ਇਹ ਦੱਸੋ ਵੀ ਜਿੰਨਾ ਚਿਰ ਤੁਹਾਡਾ ਕੋਈ ਪੰਚ ਸਰਪੰਚ ਸਾਈਨ ਨਹੀਂ ਕਰਦਾ ਤਾਂ ਵੋਟ ਤਾਂ ਇਹਨਾਂ ਦੀ ਬਣਦੀ ਨਹੀਂ। MLA ਜਿੰਨਾ ਚਿਰ ਸ਼ਹਿ ਨਾ ਹੋਵੇ, ਕਿਸੇ ਪੋਲੀਟੀਸ਼ੀਅਨ ਦੀ ਸ਼ਹਿ ਨਾ ਹੋਵੇ, ਵੋਟ ਕੀ, ਆਧਾਰ ਕਾਰਡ ਕੀ, ਕੁਛ ਵੀ ਨਹੀਂ ਬਣਦਾ। ਉਹ ਤਾਂ ਪਹਿਲਾਂ ਤਾਂ ਸਹਿਮਤੀ ਇਹ ਲਈ ਜਾਂਦੀ ਹੈ ਵੀ ਸਿਫਾਰਿਸ਼ ਕੀਤੀ ਆ, ਦੇਖੋ ਫਿਰ ਦਿੱਤੀ ਕਿਹਨੇ ਸਿਫਾਰਿਸ਼। ਇਹ ਮੈਂ ਤੁਹਾਨੂੰ ਦੱਸਦਾ ਜੀ, ਸਰਕਾਰਾਂ ਨੇ ਜਦੋਂ 2005 ਚ ਕਾਂਗਰਸ ਸਰਕਾਰ ਬੀ ਦਵਿੰਦਰ ਨੇ ਕਲੋਨੀ ਚੱਕ ਕੇ ਸਾਡੀ ਅਕੁਆਇਰ ਕੀਤੀ, ਜ਼ਮੀਨ ਚ ਬਿਠਾਈ ਸੀਗੀ, ਉਸ ਟਾਈਮ ਇਹਨਾਂ ਦੀ ਵੋਟਾਂ MC ਚ ਪੈਂਦੀਆਂ ਸੀਗੀਆਂ। ਉਸ ਟਾਈਮ ਇਹਨਾਂ ਦਾ ਗੁਰੂ ਨਾਨਕ ਕਲੋਨੀ ਵੱਜਦਾ ਸੀ, ਐਡਰੈਸ ਗੁਰੂ ਨਾਨਕ ਕਲੋਨੀ, ਫੇਸ 10 ਵੱਜਦਾ ਸੀ ਕਲੋਨੀ ਦੇ ਵਿੱਚ ਸਾਰੇ ਹੀ ਪ੍ਰਵਾਸੀ। ਹਾਂਜੀ, ਗੁਰੂ ਨਾਨਕ ਕਲੋਨੀ ਵੱਜਦਾ ਸੀ, ਅੰਬ ਸਾਹਿਬ ਕਲੋਨੀ ਵੱਜਦਾ ਸੀ, ਉਹਨਾਂ ਦੇ ਐਡਰੈਸ ਉਦਾਂ ਹੀ ਇੱਥੋਂ ਆ ਗਏ ਉੱਠ ਕੇ। ਪਰ ਸਰਕਾਰਾਂ ਦੀ ਜਿਹੜੀ ਰਾਜਨੀਤੀ ਹੈ, ਪ੍ਰਵਾਸੀਆਂ ਨੂੰ ਅੱਗੇ ਕਰਕੇ ਪੰਜਾਬੀਆਂ ਨੂੰ ਥੱਲੇ ਲਾਉਣ ਦੀ ਜੋ ਨੀਤੀ ਚੱਲ ਰਹੀ ਹੈ, ਸਰਕਾਰਾਂ ਦੀ ਗਲਤ ਨੀਤੀ ਚੱਲ ਰਹੀ ਹੈ, ਉਹਦਾ ਮੈਂ ਇੱਕ ਸਬੂਤ ਦਿੰਦਾ। ਜਦੋਂ ਗੁਰੂ ਨਾਨਕ ਕਲੋਨੀ ਫੇਸ 10 ਸੀਗਾ, ਜਦੋਂ ਇਹ ਕਲੋਨੀ ਉੱਠ ਕੇ ਪੁੱਡਾ ਦੀ ਜ਼ਮੀਨ 'ਚ ਆ ਕੇ ਬਹਿ ਗਈ, ਗਮਾਡਾ ਦੀ ਅਕੁਆਇਰ ਕੀਤੀ ਜ਼ਮੀਨ 'ਚ ਆ ਕੇ ਬਹਿ ਗਈ, ਉਦੋਂ ਗੁਰੂ ਨਾਨਕ ਕਲੋਨੀ ਸੈਕਟਰ 65 ਐਡਰੈਸ ਹੋ ਗਿਆ ਇਹਨਾਂ। ਹੌਲੀ ਹੌਲੀ ਕਰਕੇ ਗੁਰੂ ਨਾਨਕ ਕਲੋਨੀ ਸੈਕਟਰ 65 ਜਗਤਪੁਰਾ ਹੋ ਗਿਆ, ਹੌਲੀ ਹੌਲੀ ਕਰਕੇ ਗੁਰੂ ਨਾਨਕ ਕਲੋਨੀ ਜਗਤਪੁਰਾ ਹੋ ਗਿਆ, ਅੱਜ ਉਹ ਗੁਰੂ ਨਾਨਕ ਕਲੋਨੀ ਜਗਤਪੁਰਾ ਵੱਜਦੀ ਹੈ, ਤੇ ਉਹ ਕਾਨੂੰਨੀ ਰੂਪ 'ਚ ਉਹ ਜਗਤਪੁਰੇ ਦੇ ਵਸੀਂਦੇ ਬਣਾਤੇ, ਹੌਲੀ ਹੌਲੀ ਕਰਕੇ, ਇੱਕਦਮ ਨਹੀਂ ਹੋਇਆ। ਇਹ ਜਦੋਂ ਸਾਡੇ ਸਿਰ ਤੇ ਪਾਣੀ ਲੰਘ ਗਿਆ ਨਾ, ਸਾਨੂੰ ਹੁਣ ਪਤਾ ਲੱਗਿਆ ਵੀ ਇਹ ਕੰਮ ਦਾ ਇੱਦਾਂ ਗਲਤ ਹੋ ਗਿਆ। ਇਹ ਹੌਲੀ ਹੌਲੀ ਡਾਕੂਮੈਂਟਾਂ 'ਚ ਹੌਲੀ ਹੌਲੀ ਕਰਕੇ ਇਹਨਾਂ ਕਲੋਨੀਆਂ ਨੂੰ, ਪ੍ਰਵਾਸੀਆਂ ਨੂੰ ਸਾਡੇ ਪਿੰਡ 'ਚ ਵਾੜ ਦੇ ਗਏ, ਲੀਗਲ ਕਰਤਾ ਲੜਨ ਜੋਗੇ, ਪਰ ਹਲੇ ਵੀ ਉਹ ਇਲੀਗਲ ਨੇ। ਮੇਰੇ ਕੋਲ ਸ਼ਾਮ ਲੜ ਦਾ ਅਗਰ ਇੱਕ ਵੀ ਟੋਟਾ ਹੈ ਕਿਤੇ, ਮੈਂ ਕਬਜ਼ ਕਰ ਰਿਹਾ, ਨਜਾਇਜ਼ ਕਬਜ਼ ਆ ਰਿਹਾ, ਮੈਂ ਚੋਣ ਨਹੀਂ ਲੜ ਸਕਦਾ। ਇਹ ਤਾਂ ਪੂਰੀ ਕਲੋਨੀ ਇੱਕ ਅਨਆਥੋਰਾਈਜ਼ਡ ਹੈ, ਗਮਾਂਡਾ ਮੰਨ ਚੁੱਕੀ ਅਨਆਥੋਰਾਈਜ਼ਡ ਹੈ, DC ਸਾਹਿਬ ਮੰਨ ਚੁੱਕੇ ਅਨਆਥੋਰਾਈਜ਼ਡ ਹੈ, BDO ਮੰਨ ਚੁੱਕੇ ਅਨਆਥੋਰਾਈਜ਼ਡ ਹੈ, ਫਿਰ ਇਹ ਪੇਪਰ ਕਿੱਦਾਂ ਸਬਮਿਟ ਕਰ ਰਹੇ ਹੈ, ਇਹਨਾਂ ਦੇ ਪੇਪਰ ਕਿੱਦਾਂ ਪਾਸ ਹੋ ਰਹੇ ਹੈ, ਇਹਨਾਂ ਨੂੰ NOC ਕੌਣ ਅਫਸਰ ਦੇ ਰਿਹਾ ਹੈ, ਕਿਸ ਦੀ ਸ਼ਹਿਦ NOC ਜਾਰੀ ਹੋ ਰਹੀ ਹੈ ਇਹਨਾਂ ਨੂੰ। ਹੁਣ ਤਾਂ ਆਮ ਆਦਮੀ ਪਾਰਟੀ ਸਰਕਾਰ, ਬੀਰ ਦਵਿੰਦਰ ਟਾਈਮ ਜੋ ਹੋਇਆ ਹੋਇਆ, ਇਹਦਾ ਸਿੱਧਾ ਇਸ਼ਾਰਾ ਤਾਂ ਫਿਰ ਸਰਕਾਰ ਵੱਲ ਹੀ ਜਾਂਦਾ ਹੈ, ਇਹਨੂੰ ਆਪਾਂ ਦੋ ਰਾਏ ਦਾ ਕੋਈ ਹੈ ਹੀ ਨਹੀਂ। ਇਸ ਦਾ ਮਤਲਬ ਇਸ 'ਚ ਆਮ ਆਦਮੀ ਪਾਰਟੀ ਕੁਲਵੰਤ ਸਿੰਘ ਦਾ ਹੀ ਕੋਈ ਹਿੱਸਾ ਹੈ, ਕੋਈ ਗੱਲ ਹੈ, ਤਾਂ ਹੀ ਤਾਂ ਇਹ ਧੱਕੇਸ਼ਾਹੀ ਹੋ ਕੇ ਸਾਡੇ ਪਿੰਡ 'ਚ ਵੜੀ ਜਾ ਰਹੀਆਂ ਨੇ, ਵੋਟਾਂ ਵੰਡ ਰਹੀਆਂ ਨੇ, NOC ਜਾਰੀਆਂ ਹੋ ਰਹੀਆਂ ਨੇ, ਤੇ ਪੰਚ ਲੜਨ ਦੀ ਚੋਣ ਲੜ ਰਹੇ ਆ, ਪੰਚੀ ਸਰਪੰਚੀ ਲੜ ਰਹੇ ਆ। ਅੱਛਾ, ਜੇ ਬਣ ਵੀ ਗਿਆ ਸਰਪੰਚ, ਫਿਰ ਮੰਨਣਾ ਪੈਣਾ ਤੈਨੂੰ, ਤਾਂ ਕਾਨੂੰਨ ਤੌਰ ਤੇ ਸਰਪੰਚ ਬਣ ਜਾਣੇ। ਦੇਖੋ ਜੀ,
ਪਿੰਡ ਦੇ ਬੰਦਾ ਕੋਈ ਵੀ ਇੱਥੇ ਖੜਾ, ਕੋਈ ਇੱਕ ਚਾਹੇ ਉਹ ਵੋਟ ਪਾ ਲੈਣ ਧੱਕੇ ਨਾਲ ਪਾ ਲੈਂਦੇ, ਅਸੀਂ ਪੈਣ ਨਹੀਂ ਦਿੰਦੇ, ਵੋਟ ਨਹੀਂ ਅਸੀਂ ਪੈਣ ਦੇਣੀ, ਜੇ ਅਸੀਂ ਵੋਟ ਪੈਣ ਦਿੱਤੀ ਅਸੀਂ ਤਾਂ ਜਿਉਂਦੀਆਂ ਲਾਸ਼ਾਂ ਨੇ, ਵਿਰੋਧ ਕਰਾਂਗੇ ਪੂਰਾ, ਸਾਨੂੰ ਇਹ ਚੱਕ ਕੇ ਜੇਲ੍ਹ ਚ ਪਾ ਦੇਣ, ਮੁੜ ਕੇ ਆਪਦੀਆਂ ਵੋਟਾਂ ਕਰਾ ਲੈਣ, ਜਿਵੇਂ ਸਾਡੇ ਨਾਲ ਸ਼ਰੇਆਮ ਧੱਕਾ ਕਰ ਰਹੇ ਆ ਕਰ ਲੈਣ, ਅਸੀਂ ਕੋਈ ਵੀ ਪਿੰਡ ਦਾ ਬੰਦਾ ਇਹਨਾਂ ਦੀ ਕੋਈ ਸਪੋਰਟ ਨਹੀਂ ਕਰਾਂਗੇ, ਚੱਕਾ ਜਾਮ ਕਰਾਂਗੇ, ਬਿਲਕੁਲ ਕੋਈ ਕੰਮ ਨਹੀਂ ਚੱਲਣ ਦੇਵਾਂਗੇ ਜਦੋਂ ਤੱਕ ਸਾਡਾ ਫੈਸਲਾ ਨਹੀਂ ਹੁੰਦਾ। ਸਾਡੀ ਪੰਚਾਇਤ ਨੂੰ ਸਾਡਾ ਵੱਖਰਾ ਹੱਕ ਜਿਹੜਾ ਬਣਦਾ ਉਹ ਦਿੱਤਾ ਜਾਵੇ, ਇਹਨਾਂ ਨੂੰ ਜੇ ਦੇਣਾ ਆਪਦਾ ਉਧਰ ਐਮ ਸੀ ਚ ਦੇਣ, ਕਹਿੰਦੇ ਕਿ ਪੰਚਾਇਤ ਤੋਂ ਵੱਖ ਕੀਤਾ ਜਾਵੇ, ਇਹਨਾਂ ਦਾ ਵਾਰਡ ਹੀ ਵੱਖ ਕਰ ਦਿੱਤੇ, ਪੰਚਾਇਤ ਚ ਹੈ ਹੀ ਨਹੀਂ, ਇਹ ਦਾਅਵੇਦਾਰ ਕਿਵੇਂ ਆ ਇਹਨਾਂ ਦਾ, ਪੰਚਾਇਤ ਹੈ ਨਹੀਂ ਪਹਿਲੀ ਗੱਲ, ਠੀਕ ਆ, ਇਹ ਆਪਦਾ ਚਲੋ MLA ਸਾਹਿਬ ਸ਼ਰੇਆਮ ਸਾਡੇ ਨਾਲ ਜਗਤਪੁਰੇ ਦੇ ਵਾਸੀਆਂ ਨਾਲ ਧੱਕਾ ਕਰ ਰਿਹਾ, ਇਹਨਾਂ ਨੂੰ ਹੋਰ ਕੁਛ ਨਹੀਂ ਦੇਖ ਰਿਹਾ, ਇਹਨਾਂ ਨੂੰ ਇੱਕ ਪਾਸੇ 900 ਵੋਟ ਦੇਖ ਰਹੀ ਹੈ, ਇੱਕ ਪਾਸੇ 6500 ਬੰਦਾ ਦੇਖ ਰਿਹਾ, 6500 ਤਾਂ ਵੋਟਰ ਨੇ, ਫਿਰ ਵੋਟ ਹੀ ਕਾਊਂਟ ਕਰਦੇ ਆ, ਉਹਨਾਂ ਨੇ ਵੋਟ ਦੇਖਦੇ, ਉਹ ਅਸੀਂ ਇੱਥੇ 20,000 ਪਿੰਡ ਦੇ ਬੰਦਾ ਇਕੱਠਾ ਕਰ ਲੈਣਾ ਜੀ, ਜਦੋਂ ਅਸੀਂ 20,000 ਬੰਦਾ ਪਿੰਡ ਦਾ ਇਕੱਠਾ ਹੋ ਗਿਆ, ਪੰਜਾਬ ਵਾਸੀ ਸਾਡਾ ਸਾਥ ਦੇਣਗੇ, ਸੋਸ਼ਲ ਮੀਡੀਆ ਬੜੀ ਵੱਡੀ ਚੀਜ਼ ਆ, ਸਾਰਾ ਕੁਛ ਦੇਖ ਰਹੇ ਆ ਲੋਕੀ, ਜਿੱਦਣ ਸਾਡੇ 20,000 ਹੱਕ ਚ ਬੰਦਾ ਖੜਾ ਹੋ ਗਿਆ, ਉਹਨਾਂ ਨੇ 1 ਮਿੰਟ ਲਾਉਣਾ ਪਲਟਣ ਲੱਗਿਆ, ਉਹਨਾਂ ਕਹਿਣਾ ਜੀ ਜਗਤਪੁਰਾ ਸਹੀ ਹੈ ਜੀ, ਇਹ ਕਲੋਨੀ ਨੂੰ ਆਪਾਂ ਇੱਥੇ ਵੱਖਰਾ ਹਿੱਸਾ ਜਿਹੜਾ ਬਣਦਾ, ਪਹਿਲਾਂ ਵੀ ਮੇਰੇ ਖਿਆਲ ਚ ਇਲੈਕਸ਼ਨ ਇੱਥੇ ਕੈਂਸਲ ਹੋ ਚੁੱਕੇ ਆ, ਇਹ 2008 ਦੀ ਗੱਲ ਹੈ ਜੀ, ਜਦੋਂ ਕਲੋਨੀ ਬੈਠੀ ਸੀ ਉੱਥੇ CA ਗਵਾਂਡਾ ਹੁੰਦੇ ਜੀ ਮਹਾਜਨ ਸਾਹਿਬ, ਜਦੋਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਇਹ ਕਲੋਨੀ ਨੂੰ, ਅਸੀਂ ਵਿਰੋਧ ਕੀਤਾ ਸੀ 2005 ਚ ਬੜਾ ਤਕੜਾ ਵਿਰੋਧ, ਵੀ ਇਹ ਕਲੋਨੀ ਸਾਡੇ ਧਰਤੀ ਤੇ ਬੈਠਣੀ ਨਹੀਂ ਚਾਹੀਦੀ, ਸਾਡੇ ਖੇਤ ਨੇ, ਅਜਾੜਾ ਇੰਨਾ ਹੁੰਦਾ ਹੈ, ਸਾਡੇ ਲਾਗ ਲਾਗ ਦੀ ਜ਼ਮੀਨਾਂ ਸਾਨੂੰ ਵੇਚਣੀਆਂ ਪੈ ਗਈਆਂ, ਅਜਾੜਾ ਹੀ ਇੰਨਾ ਹੈ, ਕਰੀਏ ਕੀ, ਫਸਲ ਤਾਂ ਉੱਥੇ ਹੁੰਦੀ ਕੋਈ ਨਹੀਂ, ਅਸੀਂ ਜਿੰਨੇ ਵੀ ਇੱਥੇ ਖੜੇ ਨੇ 2-2 ਕਿੱਲੇ 1-1 ਕਿੱਲੇ ਦਾ ਮਾਲਕ ਹੈ, ਕੋਈ 10-20 ਕਿੱਲਿਆਂ ਦਾ ਮਾਲਕ ਕੋਈ ਨਹੀਂ ਖੜਿਆ, ਸਾਡੀ ਜ਼ਮੀਨਾਂ ਸਰਕਾਰ ਨੇ ਪਹਿਲਾਂ 1974 ਚ ਲੈ ਲਈਆਂ, ਫਿਰ 1994 ਚ ਲੈ ਲਈਆਂ, ਫਿਰ 2002 ਚ ਰੇਲਵੇ ਲੈਣ ਲੈ ਗਈ, ਸਾਡੀ ਜ਼ਮੀਨਾਂ ਤਾਂ ਪਰਲੇ ਪਰ ਮੋਹਾਲੀ ਵਾਲੇ ਪਾਸੇ ਸੀਗੀਆਂ, ਉਪਜਾਊ ਜ਼ਮੀਨਾਂ ਖੇਤੀ ਵਾਲੀ ਜ਼ਮੀਨਾਂ, ਇਹ ਤਾਂ ਅਸੀਂ ਬਾਅਦ ਚ ਬਾਤ ਕਰੀਆਂ, 2-2.5 ਕਿੱਲੇ ਦੇ ਅਸੀਂ ਮਾਲਕ ਹੈ, ਇਹ ਇਹਨਾਂ ਦਾ ਨਾ ਇਹੀ ਸਿਸਟਮ ਹੈ ਵੀ ਜਦੋਂ ਅਸੀਂ ਵਿਰੋਧ ਕੀਤਾ ਵੀ ਸਾਡੀ ਤਾਂ ਖੇਤੀ 1-1 ਕਿੱਲੇ 2-2 ਕਿੱਲੇ ਦੀ ਰਹਿ ਗਈ, ਜਦੋਂ ਇਹ ਆ ਜਾਣਗੀ ਐਡੀ ਆਬਾਦੀ ਸਾਡਾ ਅਜਾੜਾ ਹੋਊਗਾ, ਤਾਂ CA ਗਵਾਂਡਾ ਮਹਾਜਨ ਸਾਹਿਬ ਸੀਗੇ, ਉਹਨਾਂ ਨੇ ਸਾਨੂੰ ਲਿਖਤੀ ਵਾਅਦਾ ਦਿੱਤਾ ਕਿ ਅਸੀਂ ਇਹਨਾਂ ਦੀ ਕੰਧ ਕਰ ਦਾਂਗੇ, ਇਹਨਾਂ ਦਾ ਰਾਸਤਾ ਮੋਹਾਲੀ ਵੱਲ ਦੀ ਰੱਖਾਂਗੇ, ਤੁਹਾਡੇ ਪਿੰਡ ਨਾਲ ਕੋਈ ਲੇਗਾ ਦੇਗਾ ਨਹੀਂ ਹੋਊਗਾ, ਫਿਲਹਾਲ ਇਹਨਾਂ ਨੂੰ ਵਸਾਉਣ 'ਚ ਸਾਡੀ ਮਦਦ ਕਰ ਦਿਓ, ਜਦ ਤੱਕ ਰਾਹ ਨਹੀਂ ਬਣਦਾ ਜਦ ਤੱਕ ਇਹ ਵਸਦੇ ਨੇ, ਰਾਹ ਫਿਰ ਕੀ ਬਣਾਉਣਾ ਸੀ, ਉਹ ਤਾਂ ਹੁਣ ਸਾਰਿਆਂ ਨੂੰ ਕਲੀਅਰ ਹੋ, ਵਾਅਦਾ ਸਾਰਾ ਖਤਮ ਕਰਤਾ ਜੀ, ਰਾਹ ਤਾਂ ਕੀ ਬਣਾਉਣਾ, ਇਹਨਾਂ ਦਾ ਰਾਹ ਜੋ ਬਾਹਰ ਵੱਲ ਨੂੰ ਜਾਣਾ ਸੀ, ਸਰਕਾਰਾਂ ਨੇ ਅੱਜ ਪਹਿਲੀ ਸਰਕਾਰਾਂ ਮੈਂ ਸੋਚਿਆ ਵੀ ਧੱਕਾ ਕਰਦੀਆਂ ਸੀ ਕਹਿੰਦੇ ਹੁੰਦੇ ਸੀ, ਪਰ ਇਹ ਸਰਕਾਰ ਜਿੰਨਾ ਧੱਕਾ ਅਸੀਂ ਅੱਜ ਤੱਕ ਨਹੀਂ ਦੇਖਿਆ, ਜਿੰਨਾ ਇਹ ਧੱਕਾ ਕਰ ਰਹੀ ਹੈ ਸਰਕਾਰ, ਸਰਕਾਰ ਨੇ ਰਾਹ ਪਿੰਡ ਤੋਂ ਬਾਹਰ ਨੂੰ ਕੀ ਕਰਨਾ ਸੀ, ਪਿੰਡ ਦੇ ਅੰਦਰ ਨੂੰ ਵਾੜਤਾ, ਸਾਡੇ ਪਿੰਡ ਦੇ ਅੰਦਰ ਨੂੰ ਰਾਹ ਕਿਆ ਵਾੜਤਾ, ਸਾਡੇ ਘਰਾਂ ਤੇ ਕਬਜ਼ੇ ਕਰਾਉਣ ਤੱਕ ਇਹ ਆ ਗਈ ਸਰਕਾਰ, ਬਦਲਾ ਕਰਦੇ ਹੀ ਐਸਾ ਬਦਲਾ ਲਿਆਂਦਾ ਕਿ ਜਿਹੜੇ ਪਿੰਡ ਵਾਲੇ ਬੰਦੇ ਸੀ ਉਹਨਾਂ ਦੀ ਨੁਮਾਇੰਦਗੀ ਬਦਲਤੀ, ਉਹਨਾਂ ਦੇ ਜਿਹੜੇ ਦਾਅਵੇ ਸੀਗੇ ਧਰਤੀ ਤੋਂ ਉਹ ਬਦਲਤੇ, ਬਾਹਰਲੇ ਬੰਦਿਆਂ ਨੂੰ ਆ ਗਏ ਇੱਥੇ ਦਾਅਵੇ ਕਾਗਜ਼ ਕਰਾਉਣ ਡਏ ਆ, ਫਿਰ ਵੇਖੋ ਇੱਕ ਸਾਡਾ ਜਿਹੜਾ ਰੌਲਾ ਨਾ ਉਹ ਇਹ ਆ ਕਿ ਸਾਡੇ ਨਾਲ ਆ ਜਿਹੜੀ ਇਸ ਬੜਾ ਸਿਸਟਮੈਟਿਕ ਤਰੀਕੇ ਨਾਲ ਧੱਕਾ ਕਰਨ ਡਏ, ਇਹ ਨੀਗਾ ਕਿ ਕਲੋਨੀ ਜੋੜਤੀ ਜੀ ਕੋਈ ਗੱਲ ਨੀ, ਕੋਈ ਸਾਡੇ ਦੇ ਧੱਕਾ ਸਾਨੂੰ NOC ਨੀ ਜਾਰੀ ਕਰਨ ਡੇ, ਅੱਜ ਹੁਣ ਜਾ ਕੇ ਮੁੰਡੇ ਤਗੜੇ ਹੋ ਕੇ ਲੈ ਕੇ ਆਏ, ਪਰਸੋਂ ਦੀਆਂ ਅਸੀਂ ਅਪਲਾਈ ਕੀਤੀਆਂ, ਸਾਨੂੰ ਅੱਜ ਮਿਲੀਆਂ, ਉਹ ਵੀ ਅਸੀਂ ਬੜਾ ਜੁਗਾੜ ਲਾ ਕੇ ਲਏ, ਉਹਨਾਂ ਨੂੰ ਪਰ ਸੇਮ ਡੇ NOC ਮਿਲ ਗਈਆਂ, ਉਹ ਪਰਸੋਂ ਦੇ ਲੈ ਕੇ ਆਪਦੇ ਕਾਗਜ਼ ਦੇ ਡਨ ਕਰੀ ਫਿਰਦੇ ਆ, ਤੇ ਸਾਡੇ ਅਸੀਂ ਤੁਹਾਡੇ ਸਾਹਮਣੇ ਇੱਥੇ ਜੇ ਕਾਗਜ਼ ਭਰਦੇ ਫਿਰਦੇ ਆ, ਸਾਨੂੰ ਪਹਿਲਾਂ ਚੁੱਲ੍ਹਾ ਟੈਕਸ ਉਤਾਰਿਆ, ਉਹ ਚ ਇਹਨਾਂ ਨੇ ਸਾਨੂੰ ਲੇਟ ਕੀਤਾ, ਫਿਰ ਅਸੀਂ ਜਦੋਂ ਰਜਿਸਟਰ ਐਂਟਰੀਆਂ ਕਰਦੇ ਨਹੀਂ ਹੁੰਦੇ, ਮੇਰੇ ਖਿਆਲ ਸਰਕਾਰਾਂ ਬਹਾਨੇ ਬਸ ਟਾਈਮ ਟਪਾਉਣ ਡੇ ਕਿ ਨੋਮੀਨੇਸ਼ਨ ਜਿਹੜੀ ਇਹਨਾਂ ਦੀ ਕਿਸੇ ਤਰ੍ਹਾਂ ਨੋਮੀਨੇਸ਼ਨ ਨਾ ਭਰ ਲੈਣ, ਕਿ ਪੂਰੀ ਇਹਨਾਂ ਦੀ ਸ਼ੈਅ ਆ ਕਿ ਪਹਿਲਾਂ ਇਹਨਾਂ ਨੂੰ ਖਤਮ ਕਰਨਗੇ, ਫਿਰ ਉਹ ਸਾਡੇ ਨਾਲ ਦੇ ਜਿਹੜੇ ਹੋਰ 2-3 ਪਿੰਡ ਆ ਫਿਰ ਉਹਨਾਂ ਨਾਲ ਵਧਣਗੇ ਹੌਲੀ ਹੌਲੀ, ਆਪਾਂ ਵੇਖ ਲਿਆ ਲੁਧਿਆਣਾ ਜਿਹੜਾ ਉਹ ਆਪਣੇ ਤਕਰੀਬਨ ਉੱਥੋਂ ਨਿਕਲਣ ਵਾਲਾ, ਫਤਿਹਗੜ੍ਹ ਸਾਹਿਬ ਆ ਉੱਥੇ ਵੀ ਇਹੀ ਕੰਮ ਆਉਣਾ, ਅੱਜ ਸਰਕਾਰ ਨੂੰ ਨੀ ਉੱਥੇ ਦਿੰਦਾ ਕਿ ਪੁਲ ਥੱਲੇ
ਜਿਹੜਾ ਝੁੱਗੀਆਂ ਬਣਾਉਣ ਡੇ, ਕਬਜ਼ਾ ਕਰਨ ਡੇ, ਕੱਲ ਨੂੰ ਫਿਰ ਉਹਨਾਂ ਨੂੰ ਪਲਾਟ ਦੇਣ ਤੁਰ ਪੈਣਗੇ। ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ, ਅਸੀਂ ਕਵਰੇਜ ਕਰਦੇ ਰਹਾਂਗੇ ਤੁਹਾਡੇ ਅੱਗੇ ਵੀ ਜਿਹੜਾ ਇਲੈਕਸ਼ਨ। ਹਾਂਜੀ, ਤਾਂ ਅੱਜ ਕਾਗਜ਼ ਭਰਨ ਦੀ ਆਖਰੀ ਤਰੀਕ ਹੈ, ਲੇਕਿਨ ਆਖਰੀ ਤਰੀਕ ਦੇ ਉੱਤੇ ਰੌਲੇ ਰੱਪੇ ਬਹੁਤ ਹੈਗੇ, ਖਾਸ ਕਰਕੇ ਜਗਤਪੁਰਾ ਜਿੱਥੇ ਕਿ ਪ੍ਰਵਾਸੀ ਵੋਟ ਇੰਨੀ ਜ਼ਿਆਦਾ ਹੋ ਗਈ ਕਿ ਪਿੰਡ ਵਾਲੇ ਕਹਿ ਰਹੇ ਆ ਕਿ ਪ੍ਰਵਾਸੀ ਵੋਟ ਜਿੰਨੀ ਹੈਗੀ ਹੈ ਇਲੀਗਲ ਹੈਗੀ ਆ, ਇਹਨਾਂ ਦੀ ਵੋਟ ਇਲੀਗਲ ਹੈ, ਇਹ ਪਲੱਸ ਆਪ ਹੀ ਇਲੀਗਲ ਹੈ, ਇਸ ਤਰੀਕੇ ਦੇ ਦਾਅਵੇ ਇਹਨਾਂ ਵੱਲੋਂ ਕੀਤੇ ਜਾ ਰਿਹਾ, ਅਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਗਲਤ ਤਰੀਕੇ ਨਾਲ ਅਗਰ ਵੋਟਿੰਗ ਕੀਤੀ ਗਈ ਤਾਂ ਅਸੀਂ ਉਹ ਵੋਟ ਨਹੀਂ ਹੋਣ ਦੇਵਾਂਗੇ। ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ, PTC ਨਿਊਜ਼, ਜਗਤਪੁਰਾ, ਮੋਹਾਲੀ।